ਸਤਨਾਮ ਸ਼੍ਰੀ ਵਾਇਕੁਰੂ ਸਾਈ ਜੀਓ ਗੁਰੂ ਗਰੀਬ ਨਿਵਾਸ ਮਿਲ ਮੇਰੇ ਪ੍ਰੀਤਮ ਪਿਆਰਿਆ ਮਿਲ ਮੇਰੇ ਪ੍ਰੀਤਮ ਪਿਆਰਿਆ ਮਿਲ ਮੇਰੇ ਪ੍ਰੀਤਮ ਪਿਆਰੀਆ ਮਿਲ ਮੇਰੇ ਪ੍ਰੀਤਮ ਪਿਆਰੀਆ ਤਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਲੇ ਆਪਣੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇ ਆਪਣੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਸ਼ਲੋਕ ਨੰਬਰ 6 ਜੋ ਲੋਰੀਵਾਰ ਕਥਾ ਬਾਬਾ ਫਰੀਦ ਜੀ ਦੇ ਸ਼ਲੋਕਾ ਦੀ ਚੱਲ ਰਹੀ ਹੈ ਅੱਜ ਇਸ ਪਵਿੱਤਰ ਸ਼ਲੋਕ ਵਿੱਚ ਬਾਬਾ ਜੀ ਬਖਸ਼ਿਸ਼ ਕਰਦੇ ਹਨ ਕਿ ਮੈਂ ਜਾਣਦਾ ਹਾਂ ਕਿ ਤੂੰ ਬਹੁਤ ਹੀ ਬੁੱਧੀਮਾਨ ਹੈ ਮੈਨੂੰ ਤੇਰੀ ਅਕਲ ਉੱਤੇ ਕੋਈ ਸ਼ੱਕ ਨਹੀਂ ਕੋਈ ਡਾਊਟ ਨਹੀਂਗਾ ਮਨੁਜੀ ਇਹੋ ਲੱਗਦਾ ਏ ਕਿ ਤੂੰ ਬੰਦਿਆ ਸਿਆਣਾ ਵੀ ਬਹੁਤ ਹੈ ਸਿਆਣਾ ਜੇ ਤੂੰ ਅਕਲ ਲਤੀਫ ਪਰ ਇੱਕ ਗੱਲ ਦੱਸ ਇੰਨਾ ਸਿਆਣਾ ਇੰਨਾ ਬੁੱਧੀਮਾਨ ਹੋਣ ਦੇ ਬਾਵਜੂਦ ਵੀ ਇਹ ਮਾੜੇ ਕਰਮ ਕਿਉਂ ਛੱਡਦਾ ਬੋਲੋ ਆਏ ਗੁਰੂ ਕਿਸੇ ਦਾ ਬੁਰਾ ਕਰਮ ਬਾਰੇ ਤੁਕਿਉਣੀ ਸੋਚਦਾ ਕਿਉਂ ਕਰਦਾ ਹੈ ਕਿਉਂ ਕਿਸੇ ਬਾਰੇ ਮਾੜਾ ਮੋਟਾ ਗਲਤ ਲਿਖਦਾ ਹੈ ਹੈ ਤੂੰ ਬੁੱਧੀਮਾਨ ਪਰ ਇੱਕ ਪਾਸੇ ਕੋਈ ਬੁੱਧੀਮਾਨ ਹੋਵੇ ਦੂਜੇ ਪਾਸੇ ਮਾੜਾ ਵੀ ਸੋਚੇ ਕਿਸੇ ਦਾ ਮਾੜਾ ਵੀ ਕਰੇ ਕਿਸੇ ਦਾ ਨੁਕਸਾਨ ਕਰੇ ਕਿਸੇ ਬਾਰੇ ਗਲਤ ਲਿਖੇ ਇਹ ਤੇ ਸਿਆਣਪ ਕੋਈ ਨਹੀਂ ਨਾ ਆਪ ਨੂੰ ਦੇ ਗਿਰੀਵਾਨ ਮੇ ਸਿਰ ਨਹੀਂ ਕਰਦੇ ਕਿਸੇ ਆਪਣੇ ਅੰਦਰ ਵੀ ਅਸੀਂ ਝਾਤੀ ਮਾਰੀ ਔਰਗਜੇਬ ਜੋ ਮੁਸਲਮਾਨ ਬਾਦਸ਼ਾਹ ਕਲਗੀਧਰ ਪਾਸ਼ਾ ਦੇ ਟਾਈਮ ਤੇ ਹੋਇਆ ਗੁਰਤੇਗ ਬਾਦਰ ਪਾਸ਼ਾ ਦੇ ਟਾਈਮ ਹਰਕ੍ਰਿਸ਼ਨ ਪਾਸ਼ਾ ਦੇ ਟਾਈਮ ਉਹਦੇ ਰਾਜ ਵਿੱਚ ਇੱਕ ਫਕੀਰ ਸੀ ਉਹਨਾਂ ਕਿਤੇ ਸੀ ਸਰਮਤ ਫਕੀਰ ਬੜਾ ਪਹੁੰਚਿਆ ਫਕੀਰ ਸੀ ਬਹੁਤ ਹੀ ਉਸ ਖੁਦਾ ਦੇ ਨਾਲ ਜੁੜਿਆ ਸੀ ਮਿਲਿਆ ਸੀ ਫਕੀਰ ਔਰੰਗਜ਼ੇਬ ਨੇ ਇੱਕ ਵਾਰੀ ਉਸ ਸਰਮਤ ਫਕੀਰ ਨੂੰ ਬੁਲਾਇਆ ਦਰਬਾਰ 'ਚ ਬਿਠਾਇਆ ਕਿੰਨਾ ਫਕੀਰ ਸਾਈ ਮੇਰੇ ਕੋਲ ਕਿੰਨਾ ਰਾਜ ਹੈ ਕਿੰਨਾ ਧਨ ਦੌਲਤ ਹੈ ਕਿੰਨੀਆਂ ਮੈਂ ਤਸਬੀਹਾਂ ਮਾਲਾ ਫੇਰਦਾ ਧਾਰਮਿਕ ਬੰਦਾ ਹਾਂ ਸੁੰਦਰ ਮਹਲ ਹਨ ਮੇਰੇ ਕੋਲ ਮੇਰਾ ਪਰਿਵਾਰ ਹੈ ਧੀਆਂ ਪੁੱਤਰ ਹਨ ਤੇ ਫਕੀਰ ਸਾਈ ਕੀ ਗੱਲ ਹੈ ਜੋ ਤੇਰੇ ਚਿਹਰੇ ਤੇ ਰੋਹਾਨੀਅਤ ਹੈ ਚਲਕ ਹੈ ਮੇਰੇ ਚਿਹਰੇ ਤੇ ਨਹੀਂ ਜਦ ਕਿ ਤੇਰੇ ਕੋਲ ਰੋਟੀ ਖਾਣ ਨੂੰ ਵੀ ਨਹੀਂ ਕੋਈ ਤੇਰਾ ਪਰਿਵਾਰ ਨਹੀਂ ਕੋਈ ਘਰ ਨਹੀਂ ਸੜਕਾਂ ਤੇ ਤੂੰ ਸੁੱਤਾ ਰਹਿਣਾ ਹੈ ਪਰ ਕੀ ਕਾਰਨ ਹੈ ਤੇਰੇ ਚਿਹਰੇ ਤੇ ਇਹ ਨਾ ਜਲਾਲ ਤੇ ਮੇਰੇ ਚਿਹਰੇ ਤੇ ਕੁਝ ਵੀ ਨਹੀਂ ਫਕੀਰ ਹੱਸਿਆ ਕਹਿੰਦੇ ਬਾਦਸ਼ਾਹ ਸਲਾਮਤ ਔਰੰਗਜ਼ੇਬ ਜੋ ਤੂੰ ਖਾਂਦਾ ਹੈ ਉਹ ਮੈਂ ਨਹੀਂ ਖਾਂਦਾ ਤੇ ਜੋ ਮੈਂ ਖਾਂਦਾ ਹਾਂ ਉਹ ਤੂੰ ਨਹੀਂ ਖਾਂਦਾ ਬਸ ਕਰਨੀ ਨਹੀਂ ਔਰੰਗਜ਼ੇਬ ਅਸੀਂ ਇਹ ਕਿਵੇਂ ਕਹਿੰਦੇ ਔਰੰਗਜ਼ੇਬ ਤੂੰ ਕੁਝ ਲੋਕਾਂ ਦੇ ਉੱਤੇ ਰਾਜ ਕਰਦਾ ਹੈ ਦੁਨੀਆ ਦੇ ਕੁਝ ਲੋਕਾਂ ਦੇ ਉੱਤੇ ਜਿੱਥੋਂ ਤੱਕ ਤੇਰਾ ਰਾਜ ਸੀਮਤ ਹੈ ਤੁਸੀਂ ਉੱਥੋਂ ਤੱਕ ਰਾਜ ਕਰਦੇ ਹੋ ਜੋ ਲੋਕ ਤੁਹਾਡਾ ਹੁਕਮ ਨਹੀਂ ਮੰਨਦੇ ਜਾਂ ਕੋਈ ਐਸੀ ਕੁਤਾਹੀ ਕਰਦੇ ਹਨ ਤੇ ਤੂੰ ਉਹਨਾਂ ਨੂੰ ਸਜ਼ਾਵਾ ਦਿੰਦਾ ਹੈ ਉਹਨਾਂ ਤੇ ਜ਼ੁਲਮ ਕਰਦਾ ਹੈ ਤੂੰ ਉਪਰੋ ਉਪਰੋ ਤਸਬੀਹਾਂ ਮਾਲਾ ਫੇਰਦਾ ਹਾਂ ਪਰ ਤੂੰ ਆਪਣੀ ਪਰਜਾ ਨੂੰ ਇੰਨਾ ਦੁਖੀ ਕਰਦਾ ਹੈ ਕਿ ਜਿਹੜੇ ਗੈਰ ਮੁਸਲਮਾਨ ਲੋਕ ਹਨ ਹਿੰਦੂ ਹਨ ਕੁਝ ਹੋਰ ਜਾਤੀਆਂ ਹਨ ਤੋਂ ਉਹਨਾਂ ਨੂੰ ਹੁਕਮ ਦੇਂਦਾ ਜਾਂ ਮੁਸਲਮਾਨ ਬਾਂਜੋ ਜਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ ਤੇਰੇ ਕੋਲ ਤਾਕਤ ਦੀ ਜ਼ੁਲਮ ਦੀ ਡੋਰ ਹੈ ਉਸ ਸਾਰੇ ਲੋਕਾਂ ਦੀ ਜਿਹੜੇ ਤੇ ਕੋ ਡਰਦੇ ਹਨ ਗਰੀਬ ਹਨ ਕਿਤੇ ਜਾ ਨਹੀਂ ਸਕਦੇ ਡਰਦੇ ਹਰਦੇ ਤੂੰ ਜ਼ੁਲਮ ਦੀ ਬੋਲੀ ਉਹਨਾਂ ਨੂੰ ਸਮਝਾਉਂਦਾ ਹੈ ਡਰ ਦੀ ਬੋਲੀ ਵਿੱਚ ਸਮਝਾਉਂਦਾ ਹੈ ਔਰੰਗਜੀਬ ਮੈਂ ਪਿਆਰ ਦੀ ਬੋਲੀ ਵਿੱਚ ਸਮਝਾਉਂਦਾ ਮੇਰੇ ਕੋਲ ਪਿਆਰ ਹੀ ਪਿਆਰ ਹੈ ਇਸ ਕਰਕੇ ਤੂੰ ਕੁਝ ਲੋਕਾਂ ਤੇ ਰਾਜ ਕਰਦਾ ਹੈ ਮੈਂ ਸਾਰੀ ਦੁਨੀਆ ਤੇ ਰਾਜ ਕਰਦਾ ਔਰੰਗਜੀਬ ਉਹ ਬਹੁਤ ਸਿਆਣਾ ਹੈ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਹੈ ਫਿਰ ਮਾਰੇ ਕਰਮ ਕਿਉਂ ਨਹੀਂ ਛੱਡ ਦਿੰਦਾ ਆਪਣੀ ਪਬਲਿਕ ਨੂੰ ਦੁੱਖ ਦੇਣਾ ਮਾਰਨਾ ਤਕੇ ਨਾ ਕਿਸੇ ਨੂੰ ਮੁਸਲਮਾਨ ਬਣਾਉਣਾ ਧਰਮ ਤਬਦੀਲ ਕਰਾਉਣਾ ਕਿਉਂ ਨਹੀਂ ਛੱਡ ਦਿੰਦਾ ਕਿਤੇ ਆਪਣੀ ਬੁੱਕਲ ਵਿੱਚ ਵੀ ਦੇਖ ਜੇ ਤੇਰੇ ਤੋਂ ਕੋਈ ਇਹ ਜ਼ੁਲਮ ਟਾਏ ਕਿ ਤੇਨੂੰ ਮੁਸਲਮਾਨ ਤੋਂ ਹਿੰਦੂ ਬਣਾ ਦੇ ਸਾਈ ਬਣਾ ਦੇ ਤੇਰੇ ਮਨ ਤੇ ਕੀ ਬੀਤੇਗੀ ਆਪਣੜੇ ਗਿਰੀਵਾਨ ਮੇ ਕਦੇ ਵਿਵੇਖਦੇ ਸੀ ਅੰਦਰ ਤੂੰ ਆਪਣੇ ਅੰਦਰ ਦੇਖਦਾ ਨਹੀਂ ਕਿ ਜਿਹੜਾ ਜ਼ੁਲਮ ਮੈਂ ਕਰਦਾ ਹਾਂ ਜੇ ਉਹੀ ਜ਼ੁਲਮ ਇਹ ਲੋਕ ਮੇਰੇ ਤੇ ਕਰਨ ਤੇ ਮੇਰੇ ਤੇ ਕੀ ਬੀਤੇਗੀ ਔਰੰਗਜ਼ੇਬ ਤੂੰ ਆਪਦੇ ਕਿਸੇ ਭਰਾ ਨੂੰ ਆਪਣੇ ਪਿਤਾ ਨੂੰ ਸਪੇਅਰ ਨਹੀਂ ਕੀਤਾ ਜ਼ੁਲਮ ਕਰ ਤੋ ਤੇਰਾ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਜੇਲ੍ਹਾਂ ਚ ਛੋੜ ਦਿੱਤਾ ਸਜਾਵਾਂ ਦਿੱਤੀਆਂ ਆਪਣੇ ਭਰਾਵਾਂ ਨੂੰ ਮਾਰ ਦਿੱਤਾ ਆਪਣੇ ਪੁੱਤਰ ਨੂੰ ਮਾਰ ਦਿੱਤਾ ਆਪਣੀ ਧੀ ਤੇ ਜ਼ੁਲਮ ਕਰ ਰਿਹਾ ਹੈ ਇਨਾ ਕਟੜਤਾ ਧਰਮ ਸੇ ਕੋਈ ਨਹੀਂ ਸਕਾਉਂਦਾ ਕਿ ਕੋਈ ਪਾਪ ਕਰੋ ਧਰਮ ਦਾ ਨਾਮ ਇਹ ਹੈ ਜਿਹੜਾ ਕੋਈ ਖੁਸ਼ੀ ਦੇ ਨਾਲ ਅਪਣਾਉਂਦਾ ਹੈ ਉਹਦਾ ਉਹ ਧਰਮ ਹੈ ਔਰ ਜਿਹੜਾ ਧਰਮ ਕਿਸੇ ਦਾ ਹੈ ਉਹਨੂੰ ਮੁਬਾਰਕ ਹੈ ਰੰਗਜੀਬ ਤੇਰਾ ਧਰਮ ਤੈਨੂੰ ਮੁਬਾਰਕ ਹੈ ਪਰ ਤੂੰ ਕਦੀ ਆਪਣੇ ਬੁੱਕਲ ਵਿੱਚ ਝੱਟ ਮਾਰ ਕੇ ਨਹੀਂ ਦੇਖੀ ਔਰੰਗਜ਼ੇਬ ਕਾਲੇ ਲਿਖ ਨਲੇਖ ਕਾਲੇ ਲਿਖ ਨਲੇਖ ਕਾਲੇ ਲਿਖ ਨਲੇਖ ਕਾਲੇ ਲਿਖ ਨਲੇਖ ਜੇ ਤੂੰ ਅਕਲ ਲਤੀਫ

ਕਰਨਾ ਚਾਹੀਦਾ ਹੈ ਉਸ ਪਰਮਾਤਮਾ ਦੇ ਸਾਰੇ ਬੰਦੇ ਹਨ اول ਅੱਲਾ ਨੂਰ ਉਪਾਇਆ ਕੁਦਰਤ ਦੇ ਸਾਰੇ ਬੰਦੇ ਇੱਕ ਨੂਰ ਤੇ ਸਭ ਜਾਗ ਪੁੱਜਿਆ ਕੌਣ ਭਲੇ ਕੌਣ ਮੰਦੇ ਕਿਹੜਾ ਮਾੜਾ ਹੈ ਕਿਹੜਾ ਚੰਗਾ ਹੈ ਇੱਕ ਨੌਜਵਾਨ ਉੱਚਾ ਲੰਮਾ ਹੰਕਾਰੀ ਹਰ ਗੱਲ ਮੈਂ 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 ਮਾਤਮਾ ਕੋਲ ਆ ਗਿਆ ਬੈਠਾ ਮਾਤਮਾ ਨੂੰ ਕਹਿੰਦਾ ਇੱਕ ਗੱਲ ਦੱਸ ਮਾਤਮਾ ਬੜੇ ਹੰਕਾਰ ਚ ਰੋਹ ਵਿੱਚ ਮਾਣ ਚ ਕਹਿੰਦੇ ਮਾਤਮਾ ਕੋਈ ਐਸਾ ਦੁਨੀਆ ਤੇ ਇਨਸਾਨ ਜਾਂ ਕੋਈ ਸੰਤ ਹੈ ਜਿਹਦੇ ਕੋਈ ਕਦੀ ਕੋਈ ਪਾਪ ਨਾ ਹੋਇਆ ਹੋਵੇ ਕੋਈ ਐਸਾ ਸੰਤ ਹੈ ਜਿਨੇ ਕਦੀ ਝੂਠ ਨਾ ਬੋਲਿਆ ਹੋਵੇ ਜਿਹਦੇ ਕੋਈ ਕਦੀ ਕਿਸੇ ਦਾ ਦਿਲ ਨਾ ਦੁਖਿਆ ਹੋਵੇ ਜਿਹੜਾ 24 ਘੰਟੇ ਉਸ ਮਾਲਕ ਨੂੰ ਯਾਦ ਕਰਦਾ ਰਹੇ ਕੋਈ ਹੈ ਮਹਾਤਮਾ ਸੁਣ ਰਹੀ ਸੀ ਤੇ ਆਪ ਹੀ ਜਵਾਬ ਦੇ ਲਾ ਪਿਆ ਕਹਿੰਦਾ ਨਹੀਂ ਮਹਾਤਮਾ ਐਸਾ ਕੋਈ ਨਹੀਂ ਹੈ ਇੰਨਾ ਪਵਿੱਤਰ ਕੋਈ ਹੋ ਹੀ ਨਹੀਂ ਸਕਦਾ ਉਹਦੇ ਕੋਈ ਕਦੀ ਪਾਪ ਨਾ ਹੋਇਆ ਹੋਵੇ ਕਿਸੇ ਨੂੰ ਬੁਰਾ ਨਾ ਕਿਹਾ ਹੋਵੇ 24 ਘੰਟੇ ਸਿਮਰਨ ਕਰਦਾ ਹੋਵੇ ਤੇ ਕਿਸੇ ਦਾ ਹੱਕ ਨਾ ਮਾਰਿਆ ਹੋ ਬੋਲ ਮਹਾਤਮਾ ਆ ਦੇਖ ਮੇਰੀ ਜ਼ਿੰਦਗੀ ਕਿੰਨੀ ਖੁਸ਼ ਨਸੀਬ ਹੈ ਕਿੰਨਾ ਉੱਚਾ ਲੰਮਾ ਮੈਨੂੰ ਮੇਰਾ ਸਰੀਰ ਹੈ ਕਿੰਨਾ ਮੈਂ ਸੋਹਣਾ ਹਾਂ ਪਰ ਇਹ ਸਵਾਲ ਮੇਰੇ ਅੰਦਰ ਹੈ ਕਿ ਮਹਾਤਮਾ ਇਹ ਹੋ ਸਕਦਾ ਹੈ ਮਹਾਤਮਾ ਕਹਿੰਦੇ ਮੇਰੇ ਪੁੱਤਰ ਮੈਂ ਤੇਰੇ ਸਵਾਲ ਦਾ ਜਵਾਬ ਦੇ ਦਿੰਦਾ ਪਰ ਤੂੰ ਕੀ ਕਰਨਾ ਸਵਾਲ ਲੈ ਕੇ ਕਿਉਂਕਿ 24 ਘੰਟਿਆਂ ਨੂੰ ਤੂੰ ਮਰ ਜਾਣਾ ਹੈ ਮੈਂ ਹਿਸਾਬ ਲਾਇਆ ਤੂੰ ਮਰ ਜਾਣਾ ਹੈ ਛੱਡ ਇਹ ਜੇ ਸਵਾਲ ਕੋਈ ਹੋਰ ਗੱਲ ਕਰ ਉਹਨੂੰ ਨੌਜਵਾਨ ਨੇ ਜੇ ਸੁਣਿਆ ਕਿ 24 ਘੰਟਿਆਂ ਚ ਮੈਂ ਮਰ ਜਾਣਾ ਹੈ ਤੇ ਜਿਹੜਾ ਆਕੜ ਕੇ ਆਇਆ ਸੀ ਆਕੜ ਕੇ ਤੁਰ ਰਿਹਾ ਸੀ ਮਹਾਤਮਾ ਦੇ ਸਾਹਮਣੇ ਵੀ ਗੱਲਾਂ ਮਾਰਦਾ ਸੀ ਹੋਣ ਹੱਥ ਪਾ ਕੇ ਦਰਵਾਜ਼ੇ ਨੂੰ ਹੱਥ ਪਾ ਕੇ ਉੱਠਿਆ ਮਹਾਤਮਾ ਕਹਿੰਦਾ ਕੀ ਹੋਇਆ ਈ ਆਇਆ ਤੇ ਬੜਾ ਤਕੜਾ ਸੀ ਕੀ ਹੋ ਗਿਆ ਈ ਹੁਣ ਹੱਥ ਪਾ ਕੇ ਉੱਠੀ ਜਾਣਾ ਕਹਿੰਦਾ ਮੇਰੀ ਮਾਂ ਕਹਿੰਦੀ ਹੈ ਮਹਾਤਮਾ ਸੰਤ ਝੂਠ ਨਹੀਂ ਬੋਲਦੇ ਤੁਸੀਂ ਕਹਿ ਦਿੱਤਾ ਮੈਂ 24 ਘੰਟੇ ਨੂੰ ਮਰ ਜਾਣਾ ਹੈ ਹੁਣ ਮੈਨੂੰ ਆਪਣੇ ਘਰ ਜਾ ਲੈਂਦੇ ਆਪਣੇ ਮਾਤਾ ਪਿਤਾ ਨੂੰ ਮਿਲ ਲੈਂਦੇ ਆਪਣੇ ਪਰਿਵਾਰ ਨੂੰ ਮਿਲ ਲੈਂਦੇ ਬੱਜੇ ਨੂੰ ਮਿਲ ਲੈਂਦੇ ਰਿਸ਼ਤੇਦਾਰਾਂ ਨੂੰ ਮਿਲ ਲੈਂਦੇ ਮਹਾਤਮਾ ਕਹਿੰਦੇ 24 ਘੰਟੇ ਤੇ ਬਹੁਤ ਹੈ ਤੂੰ ਬਹਿ ਜਾ ਆਪਾਂ ਗੱਲਾਂ ਕਰੀਏ ਕਹਿੰਦੇ ਨਹੀਂ ਮਹਾਤਮਾ ਹੁਣ ਮੈਨੂੰ ਰੋਕਣਾ ਹੁਣ ਮੈਨੂੰ ਜਾ ਲੈਂਦੇ ਮਹਾਤਮਾ ਕਹਿੰਦੇ ਠੀਕ ਘਰੇ ਚਲਾ ਗਿਆ ਮੰਜੇ ਤੇ ਲੰਮਾ ਪੈ ਗਿਆ ਆਪ ਵੀ ਰੋਂਦਾ ਹੈ ਘਰਦਿਆਂ ਨੂੰ ਵੀ ਰੋਂਦਾ ਹੈ ਮੈਂ 24 ਘੰਟਿਆਂ ਨੂੰ ਮਰ ਜਾਣਾ ਹੈ ਮੇਰੇ ਨਾਲ ਗੱਲਾਂ ਕਰੋ ਬਾਤਾਂ ਕਰੋ ਆਪ ਵੀ ਰੋਂਦਾ ਘਰਦਿਆਂ ਨੂੰ ਵੀ ਰੋਂਦਾ ਹਉਂਤੇ 2 ਘੰਟੇ ਰਹਿ ਗਏ ਹਉਂਤੇ 15 ਘੰਟੇ ਰਹਿ ਗਏ 10 ਘੰਟੇ ਰਹਿ ਗਏ 5 ਘੰਟੇ ਰਹਿ ਗਏ ਹਉਂਤੇ 1 ਕਿ ਘੰਟਾ ਹੀ ਰਹਿ ਗਿਆ ਮਹਾਤਮਾ ਆ ਗਏ ਮਹਾਤਮਾ ਤੋਂ ਫੇਰ ਆ ਗਿਆ ਮੈਨੂੰ ਚੈਨ ਦੀ ਮੌਤ ਮਰ ਤੇ ਲੈੰਦੇ ਮਹਾਤਮਾ ਕਹਿੰਦੇ ਮੈਂ ਇੱਕ ਗੱਲ ਕਰਨੀ ਹੈ ਗੱਲ ਤੇ 1 ਮਿੰਟ ਦੀ ਹੈ 1 ਮਿੰਟ ਤੇ ਲੈਣਾ ਤੇਰਾ ਲੈਣਾ ਹੈ ਕਹਿੰਦਾ ਨਹੀਂ ਮਹਾਤਮਾ ਮੈਨੂੰ ਪਰਿਵਾਰ ਦੇ ਨਾਲ ਮਿਲ ਲੈਂਦੇ ਆ ਦੇਖ ਸਾਰਾ ਪਰਿਵਾਰ ਮੇਰਾ ਹੈ ਮਹਾਤਮਾ ਕਹਿੰਦਾ ਸਿਰਫ 1 ਮਿੰਟ ਅਜੇ 1 ਘੰਟਾ ਤੇਰੇ ਕੋਲ ਬਾਕੀ ਹੈ ਮੈਂ ਤੇ 1 ਮਿੰਟ ਲੈਣਾ ਬੋਲ ਮਹਾਤਮਾ ਮਹਾਤਮਾ ਬੋਲੇ ਮੇਰੇ ਪੁੱਤਰ ਇਨ੍ਹਾਂ 23 ਘੰਟਿਆਂ ਚ ਤੂੰ ਕੋਈ ਪਾਪ ਕੀਤਾ ਕਹਿੰਦਾ ਨਹੀਂ ਮਹਾਤਮਾ ਇਨ੍ਹਾਂ 23 ਘੰਟਿਆਂ ਦੇ ਵਿੱਚ ਕਿਸੇ ਦਾ ਤੂੰ ਹੱਕ ਮਾਰਿਆ ਕਿਹਦਾ ਮਹਾਤਮਾ ਮੈਨੂੰ ਤੇ ਸਾਹਮਣੇ ਮੌਤ ਨਜ਼ਰ ਆਉਂਦੀ ਸੀ ਮੈਂ ਹੱਕ ਕੀ ਮਾਰਨਾ ਕਹਿੰਦੇ 23 ਘੰਟਿਆਂ ਚ ਝੂਠ ਮਾਰਿਆ ਕਿਸੇ ਨੇ ਠੱਗੀ ਮਾਰੀ ਨਹੀਂ ਮਹਾਤਮਾ ਫਿਰ 23 ਘੰਟੇ ਕੀ ਕਰਦਾ ਰਿਹਾ ਕਹਿੰਦਾ ਮਹਾਤਮਾ ਮੈਂ 23 ਘੰਟੇ ਮੌਤ ਨੂੰ ਯਾਦ ਕਰਦਾ ਰਿਹਾ ਮੌਤ ਨੂੰ ਯਾਦ ਮੇਰੀ ਅੱਖਾਂ ਅੱਗੇ ਮੌਤ ਸੀ ਮੈਂ ਪਾਪ ਕੀ ਕਰਨੀ ਸੀ ਮੈਂ ਠੱਗੀਆਂ ਕੀ ਕਰਨੀ ਸੀ ਮੈਂ ਝੂਠ ਕੀ ਬੋਲਣਾ ਸੀ ਮੇਰੇ ਦੇ ਅੱਗੇ ਜਮਦੂਤ ਖਲੋਤੇ ਸਨ ਮੌਤ ਨਜ਼ਰ ਆ ਰਹੀ ਸੀ ਕਿ ਹੁਣ ਵੀ ਗਿਆ ਤੇ ਹੁਣ ਵੀ ਗਿਆ ਬੋਲੋ ਵਾਹਿਗੁਰੂ ਮੈਂ ਆਤਮਾ ਕਹਿੰਦੇ ਫਿਰ ਮੈਨੂੰ ਨਹੀਂ ਪਤਾ ਕਿੰਨੇ ਮਰਨਾ ਤੇ ਕਿੰਨੇ ਜੀਣਾ ਤੈਨੂੰ 24 ਘੰਟੇ ਹੋ ਗਏ ਮੌਤ ਯਾਦ ਕੀਤੇ ਆ ਮੈਨੂੰ 24 ਸਾਲ ਹੋ ਗਏ ਮੈਂ ਮੌਤ ਨੂੰ ਯਾਦ ਕੀਤੇ ਆ ਜਿਨ੍ਹਾਂ ਨੂੰ ਮੌਤ ਯਾਦ ਹੈ ਉਹ ਸਿਆਣੇ ਬੰਦੇ ਹੁੰਦੇ ਹਨ ਬੁੱਧੀਮਾਨ ਹੁੰਦੇ ਹਨ ਪਰ ਉਹਨਾਂ ਦੀ ਸਿਆਣਪ ਕਿਸੇ ਨੂੰ ਤੰਗ ਨਹੀਂ ਕਰਦੀ ਕਿਸੇ ਦਾ ਹੱਕ ਨਹੀਂ ਮਾਰਦੀ ਕਿਸੇ ਨੂੰ ਕੌੜੇ ਬੋਲ ਨਹੀਂ ਬੋਲਦੀ ਕਿਉਂਕਿ ਉਹਨਾਂ ਨੂੰ ਮੌਤ ਯਾਦ ਹੈ ਉਹ 24 ਘੰਟੇ ਆਪਣੇ ਅੰਦਰ ਵਾਰ ਜੁੜੇ ਰਹਿੰਦੇ ਹਨ ਜੁੜੇ ਰਹਿੰਦੇ ਹਨ ਕਿ ਬੰਦਿਆ ਜਿਹੜਾ ਲੇਖ ਲਿਖਿਆ ਗਿਆ ਇੱਕ ਗੱਲ ਯਾਦ ਕਰੀ ਲੇਖ ਨਾ ਮਿਟੇ ਹੀ ਏ ਸਖੀ ਜੋ ਲਿਖਿਆ ਕਰਤਾ ਆਪੇ ਕਾਰਨ ਜਿਨ ਕੀ ਆ ਕਰ ਕਿਰਪਾ ਪਗਸਾਰ ਏ ਬੰਦੇ ਜਿਹੜੇ ਤੂੰ ਕਰਮ ਲਖਾ ਕੇ ਆਇਆ ਹੈ ਮੱਥੇ ਤੇ ਜਿਹੜੇ ਆ ਕੇ ਦੁਨੀਆ ਚ ਚੰਗੇ ਮਾੜੇ ਕਰਮ ਕਰਦਾ ਹੈ ਇਹ ਮਿਟਨੇ ਨਹੀਂ ਜੋ ਉਸ ਕਰਤਾਰ ਨੇ ਲਿਖ ਦਿੱਤਾ ਜੋ ਕੁਝ ਪਾਇਆ ਸੋ ਏ ਕਾ ਬਾਹ ਹੁਣ ਜਿਹੜਾ ਦੇਖਦਾ ਹੈ ਕਰ ਕਰ ਵੇਖੇ ਸਿਰ ਜਨਹਾਰ ਉਹ ਤੇ ਦੇਖ ਰਿਹਾ ਹੈ ਕਿਉਂਕਿ ਉਹ ਕਾਰਨ ਕਰਤੇ ਨੇ ਆਪ ਬਣਾਇਆ ਕਾਰਨ ਕਰਤੇ ਵਸ ਹੈ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ ਕਿਉਂਕਿ ਕਾਰਨ ਸਾਡੇ ਹੱਥ ਨਹੀਂ ਕਿਸ ਕੜੀ ਕੀ ਹੋ ਜਾਣਾ ਹੈ ਨਹੀਂ ਹੋ ਜਾਣਾ ਚੰਗਾ ਹੋਣਾ ਹੈ ਮਾੜਾ ਹੋਣਾ ਹੈ ਇਹ ਉਸ ਮਾਲਕ ਦੇ ਹੱਥ ਹੈ ਪਰ ਸਤਿਗੁਰੂ ਕਹਿੰਦੇ ਬੰਦਿਆ ਤੈਨੂੰ ਸੋਝੀ ਦਿੱਤੀ ਦਿਮਾਗ ਦਿੱਤਾ ਤੂੰ ਇੰਨਾ ਕੰਮ ਤੇ ਕਰਨਾ ਕਾਲੇ ਲੇਖ ਲਿਖਣ ਦੀ ਬਜਾਏ ਤੂੰ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਲੈ ਨਾਮ ਜਪ ਬਾਕੀ ਆਪ ਹੀ ਜਾਣੇ ਆਪੇ ਕਾਰਨ ਜਿਨ ਕੀ ਕਰ ਕਿਰਪਾ ਪਗਸਾਰ ਉਹੀ ਤੇਰੀ ਸਾਰ ਲਵੇਗਾ ਉਹੀ ਤੇਰਾ ਖਿਆਲ ਰੱਖੇਗਾ ਬੰਦਿਆ ਤੇ ਜੀ ਅਸੀਂ ਆਪਣੀ ਅਕਲ ਦੇ ਨਾਲ ਆਪਣੀ ਚਤਰਾਹੀ ਦੇ ਨਾਲ ਕਹੀਏ ਵੀ ਅਸੀਂ ਮਾਰੇ ਕੰਮ ਕਰੀ ਜਾਂਦੇ ਤੇ ਨਾਲ ਆਪ ਹੀ ਮਿਟਾ ਦਾਂਗੇ ਇਹ ਨਹੀਂ ਹੋ ਸਕਦਾ लिखिया मेट न सकी जो तुर लिखिया करता नहीं मिटना साढे च क्थे समर्थ वो सम परमात्मा सारी सृष्टि कर्म लिखन वाला कर्म बधाता ਤੇ ਅਸੀਂ ਆਖੀ ਉਹਦੇ ਲਿਖੇ ਨੂੰ ਅਸੀਂ ਮਿਟਾ ਦਈਏ ਇਹ ਸਾਡੀ ਔਕਾਤ ਕਿੱਥੇ ਹੈ ਸਾਡੀ ਔਕਾਤ ਨਹੀਂ ਕਿਉਂਕਿ ਸ੍ਰਿਸ਼ਟ ਉਪਾਏ ਆਪ ਸਭ ਵੇਖੇ ਕੋਈ ਨਾ ਮਿਟੇ ਤੇਰੇ ਲਈ ਉਹ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਉਹ ਆਪ ਦੇਖ ਰਿਹਾ ਹੈ ਉਹ ਆਪ ਦੇਖ ਰਿਹਾ ਹੈ ਉਹ ਦੇਖੇ ਉਹਨਾਂ ਨਜ਼ਰ ਨਾ ਆਵੇ ਉਹ ਸਾਰੇ ਨੂੰ ਦੇਖ ਰਿਹਾ ਹੈ ਪਰ ਉਹ ਆਪ ਨਜ਼ਰ ਨਹੀਂ ਆ ਰਿਹਾ ਗੁਰੂ ਘਰ ਬਹੁਤ ਆ ਇਹ ਵੰਡਾਨ ਇਥੋਂ ਤੱਕ ਸ੍ਰਿਸ਼ਟੀ ਨੂੰ ਚਲਾਉਣ ਬਾਰੇ ਜਿਵੇਂ ਕਹਾਵਤ ਹੈ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਲਿਖਦੇ ਏ ਕਾਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਤ ਇੱਕ ਪੈਦਾ ਕਰਨ ਵਾਲਾ ਇੱਕ ਪਾਲਣਾ ਕਰਨ ਵਾਲਾ ਇੱਕ ਲੈ ਕਰਨ ਵਾਲਾ ਖਤਮ ਕਰਨ ਵਾਲਾ ਕਿੰਦੇ ਇੱਕ ਪੁੱਤ ਤਿੰਨ ਪੁੱਤਰ ਪੈਦਾ ਹੋਏ ਇਸ ਮਾਇਆ ਦੇ ਵਿੱਚ ਤੇ ਇਹਨਾਂ ਨੂੰ ਵੀ ਜਿਵਤਿਸ ਪਾਵੇ ਤੇ ਵੇਚ ਲਾ ਬੋਤਾਏ ਵੰਡਾ ਤੇ ਇਹਨਾਂ ਨੂੰ ਵੀ ਜਿਵੇਂ ਚਾਹੁੰਦਾ ਓਵੇਂ ਚਲਾਉਂਦਾ ਹੈ ਤੇ ਬੰਦਿਆ ਤੂੰ ਕਿਸ ਬਾਗ ਦੀ ਬੋਲੀ ਹੈ ਅਸੀਂ ਕੀ ਕਰ ਸਕਦੇ ਆ ਸ੍ਰਿਸ਼ਟੀ ਬਣਾਉਣ ਵਾਲਾ ਉਹ ਲੇਖ ਲਿਖਣ ਵਾਲਾ ਉਹ ਹਾਂ ਉਹਦੀ ਕਿਰਪਾ ਹੋਏ ਤੇ ਇੱਕ ਛਿਣ ਵਿੱਚ ਕਰ ਦੇਵੇ ਪੈਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੈਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਉਹ ਤੇ ਇੱਕ ਛਿਨ ਵਿੱਚ ਕਰ ਦੇਗਾ ਲੇਖ ਮੀਟ ਕੇ ਰੱਖ ਦੇਵੇਗਾ ਪਰ ਹੈ ਬੰਦਿਆ ਤੂੰ ਬੁੱਧੀਮਾਨ ਸਿਆਣਾ ਤੇ ਜੇ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਫਿਰ ਚੰਗੇ ਕੰਮ ਕਰ ਕਿਸੇ ਦਾ ਭਲਾ ਕਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕਿਸੇ ਦੀ ਮਦਦ ਕਰ ਸਕਦਾ ਹੈ ਕਰ किसी का बुरा न कर सारा कुछ किराया इत जाएगा तेरा ही तन ना तू पाप करता है ओली सजा इथे संसार मिलेगी जेड़े मन ना पाप करता है यदि सजा तेरू अगे दरगाह च मिलेगी मैं नहीं कहता सतगुरु की बाणी ਕਬੀਰ ਕਉਡੀ ਕਉਡੀ ਜੋਰ ਕੇ ਜੋੜੇ ਲਾਖ ਕਰੋ ਚਲਤੀ ਬਾਰ ਨਾ ਕਛੂ ਮਿਲੇ ਹੋ ਲੈ ਲੰਗੋਟੀ ਤੋਰ ਇਹਨੇ ਮਾਰੇ ਕਰਮਕਾਰ ਕਰਕੇ ਆਪਣੇ ਆਪ ਨੂੰ ਧਾਰਮਿਕ ਬੰਦਾ ਕਹਿੰਦਾ ਹੈ ਧਾਰਮਿਕ ਪੁਸਤਕਾਂ ਮੈਂ ਪੜਦਾ ਹਾਂ ਲੋਕ ਮੈਨੂੰ ਸੰਤ ਜੀ ਸੰਤ ਜੀ ਗੁਰੂ ਜੀ ਗੁਰੂ ਜੀ ਮਹਾਰਾਜ ਜੀ ਮਹਾਰਾਜ ਜੀ ਕਈ ਨਾਵਾਂ ਦੇ ਨਾਲ ਪੁਕਾਰਦੇ ਹਨ ਤੇ ਤੂੰ ਕੀ ਕੀਤਾ ਹੈ ਤੂੰ ਬੰਦਿਆਂ ਦਾ ਖੂਨ ਪੀ ਪੀ ਕੇ ਕੌਡੀ ਕੌਡੀ ਜੋੜ ਕੇ ਹਜ਼ਾਰਾਂ ਲੱਖਾਂ ਕਰੋੜਾਂ ਕਰ ਲਏ ਜੋੜੇ ਲੱਖ ਕਰੋੜ ਦੇਖੋ ਕੋਈ ਦਾ ਟਾਈਮ ਕਬੀਰ ਸਾਹਿਬ ਉਦੋਂ ਵੀ ਕਰੋੜਾਂ ਦੇ ਵਿੱਚ ਦੁਨੀਆ ਖੇਲਦੀ ਸੀ ਤੇ ਅੱਜ ਤੇ ਕਰੋਨਾ ਤੋਂ ਕਿਤੇ ਜ਼ਿਆਦਾ ਪਰ ਬੰਦਿਆ ਇੰਨੀਆਂ ਜੋੜੇ ਹੋਏ ਪੈਸੇ ਮਾਇਆ ਜੋੜੀ ਕੀਤਾ ਹੋਇਆ ਪਾਪ ਉਹਦਾ ਰਿਜ਼ਲਟ ਕੀ ਮਿਲਿਆ ਇਸੇ ਧਰਤੀ ਤੇ ਚਲਤੀ ਬਾਰ ਨਾ ਕਛੂ ਮਿਲਿਓ ਤੇ ਜਦੋਂ ਸਵਾਸ ਨਿਕਲ ਗਏ ਤੇ ਤੇਰੀ ਲਗੋਟੀ ਵੀ ਲਾ ਦੇਤੀ ਉਹਨਾਂ ਨੇ ਕਹਿ ਦਿੰਦੇ ਆ ਅ ਡੈਡੀ ਜੀ ਮਰ ਗਏ ਮਾਂ ਮਰ ਗਈ ਭਰਾ ਮਰ ਗਏ ਇਹਨਾਂ ਦੇ ਕੱਪੜੇ ਵੀ ਦੇ ਦਿਓ ਘਰ ਨਹੀਂ ਰੱਖਣੇ ਇਹਨਾਂ ਨੇ ਕੜਾ ਪਾਇਆ ਸੀ ਇਹ ਵੀ ਦੇ ਦਿਓ ਗੁਰਦੁਆਰੇ ਆ ਗੁਟਕਿਆਂ ਨਾਲ ਪਾਠ ਕਰਦੇ ਸੀ ਇਹ ਵੀ ਗੁਰਦੁਆਰੇ ਮੰਦਰ ਦੇ ਆਓ ਕਿਉਂਕਿ ਮਰਦੇ ਦੀ ਕੋਈ ਚੀਜ਼ ਘਰ ਨਹੀਂ ਰੱਖੀ ਦੀ ਬਿਸਤਰੇ ਵੀ ਦੇ ਦਿਓ ਤੇ ਸਤਿਗੁਰੂ ਕਹਿੰਦੇ ਬੰਦਿਆ ਇੱਕ ਬਿਸਤਰਾ ਜੂ ਉਹਦਾ ਦੇ ਦਿੱਤਾ ਪਿਓ ਦਾ ਜਿਨੇ ਕਰੋੜਾ ਰੁਪਏ ਕਮਾਏ ਉਹਦੇ ਕੜਾ ਦੇ ਦਿੱਤਾ ਉਹਦੇ ਕੱਪੜੇ ਦੇ ਦਿੱਤੇ ਤੇ ਕਈ ਤੇ ਨਾਲ ਹੀ ਜਲਾ ਦਿੰਦੇ ਹਨ ਤੇ ਕਦੀ ਬਾਪੂ ਦੀਆਂ ਐਫਡੀਆਂ ਵੀ ਜਲਾਈਆਂ ਹੀ ਨਾਲ ਕਿ ਬਾਪੂ ਮਰ ਗਿਆ ਤੇ ਕਰੋੜਾਂ ਦੀਆਂ ਐਫਡੀਆਂ ਮੈਂ ਜਲਾ ਦਵਾ ਬੋਲੋ ਵਾਹਿਗੁਰੂ ਕਦੀ ਬਾਪੂ ਨੇ ਇਹਨੇ ਡਾਇਮੰਡ ਸੈੱਟ ਬਣਵਾਏ ਹਨ ਸੋਨਾ ਬਣਾਇਆ ਹੈ ਕਦੀ ਤੂੰ ਕਿਹਾ ਬਾਪੂ ਮਰ ਗਿਆ ਤੇ ਹੁਣ ਸੋਨਾ ਵੀ ਬਾਹਰ ਸਿੱਟ ਦਿਓ ਅੱਗ ਨਾਲ ਸਾੜ ਦਿਓ ਨਹੀਂ ਤੂੰ ਬਹੁਤ ਚਾਤਰ ਹੈ ਕਿਉਂਕਿ ਜਿੰਨਾ ਦਾ ਤੂੰ ਪਤਾ ਇਹ ਦੇ ਕੇ ਕੋਈ ਫਰਕ ਨਹੀਂ ਪੈਣਾ ਕੱਪੜੇ ਸਾੜ ਦਿਓ ਆ ਚੀਜ਼ਾਂ ਸਾੜ ਦਿਓ ਗੁਟਕੇ ਗੁਰਦੁਆਰੇ ਭੇਜ ਦਿਓ ਪਰ ਤੂੰ ਇੰਨਾ ਚਾਤਰ ਹੈ ਜਿਹੜੀ ਉਹਦੀ ਪ੍ਰਾਪਰਟੀ ਜੋੜੀ ਉਹਦੇ ਤੇ ਤੂੰ ਕਬਜ਼ਾ ਕਰਕੇ ਬਹਿ ਗਿਆ ਮਰੇ ਦੇ ਵੀ ਅੰਗੂਠੇ ਲਵਾਈ ਜਾ ਰਿਆ ਮਰੇ ਦੇ ਵੀ ਮੈਂ ਥੋੜੀ ਕਹਿਨਾ ਕਬੀਰ ਬੈਸਨੋ ਹੁਆ ਤਾਂ ਕਿਆ ਪਿਆ ਮਾਲਾ ਮੇਲੀ ਚਾਰ ਕਿਦੇ ਤੂੰ ਜੇ ਧਾਰਮਿਕ ਵਿਅਕਤੀ ਬਣ ਗਿਆ ਕੀ ਹੋਇਆ ਮਨ ਤੇ ਤੇਰਾ ਖੋਟਾ ਹੈ ਹੱਥ 'ਚ ਮਾਲਾ ਲੈ ਕੇ ਚਾਰ ਦਿਨ ਵਾਹਿਗੁਰੂ 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 ਰਾਮ ਰਾਮ ਕਰੀ ਜਾਣਾ ਹੈ ਕੀ ਫਰਕ ਪੈਂਦਾ ਹੈ ਕਬੀਰ ਸਾਹਿਬ ਕਹਿੰਦੇ ਬੈਸਨੋ ਹੁਆ ਤਾਂ ਕਾ ਤਾਂ ਕਿਆ ਪਿਆ ਚਾਰ ਦਿਨ ਮਾਲਾਈ ਫੇਰ ਲਈ ਨਾ ਵਾਹਿਗੁਰੂ ਵਾਹਿਗੁਰੂ ਕਰਤਾ ਲੋਕਾਂ ਨੂੰ ਝੋਖਾ ਦੇ ਦਿੱਤਾ ਕਿ ਤੂੰ ਬਹੁਤ ਹੀ ਧਾਰਮਿਕ ਆਦਮੀ ਹੈ ਬਾਹਰ ਕੰਚਨ ਬਾਹਰਾ ਪੀਤਰ ਭਰੀ ਅਗ ਪੰਗਾਰ ਬਾਹਰੋਂ ਤੇ ਤਾਂ ਸੋੜਾ ਲੱਗਦਾ ਹੈ 12 ਮਾਸੇ ਦਾ ਪਿਓਰ 24 ਕੈਰੇਟ ਦਾ ਤੇ ਅੰਦਰ ਤੇਰੇ ਸਵਾ ਭਰੀ ਮਿੱਟੀ ਗੰਦਗੀ ਭਰੀ ਹੋਈ ਬਾਹਰ ਤੋਂ ਬਰੇ ਸੋਨੇ ਕਪੜੇ ਪਾਏ ਆ ਪਰ ਅੰਦਰ ਮਨ ਦੇ ਅੰਦਰ ਗੰਦਗੀ ਦੇ ਨਾਲ ਭਰਿਆ ਹੋਇਆ ਹੈ ਮਨ ਮੈਲਾ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਅੰਦਰ ਧੋਣਾ ਸੀ ਜੇ ਅੰਦਰ ਧੋ ਲੈਂਦਾ ਬਾਹਰ ਨਾ ਵੀ ਧੋਂਦਾ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਬਾਰਪਾ ਮੇਟਾਕੀਆਂ ਲੱਗੀਆਂ ਲੋਕਾਂ ਨੇ ਸੰਤ ਜੀ ਸੰਤ ਜੀ ਕੇ ਆ ਸਤਕਾਰ ਕੀਤਾ ਅੱਜ ਉਹਨਾਂ ਦੀਆਂ ਸਾਖੀਆਂ ਉਹਨਾਂ ਦੀਆਂ ਯਾਦਾਂ ਬਣਾਈ ਜਾਂਦੀਆਂ ਤੇ ਤੂੰ ਤੂੰ ਐਸਾ ਲੁਟੇਰਾ ਕਿ ਲੋਕਾਂ ਨੂੰ ਤੇ ਲੁੱਟਣਾ ਲੁੱਟਣਾ ਤੂੰ ਆਪਣਿਆਂ ਨੂੰ ਵੀ ਛੜਦਾ ਆਪਣਿਆਂ ਨੂੰ ਵੀ ਨਹੀਂ ਛੜਦਾ ਤੂੰ ਇਹ ਭੁੱਲੀ ਗਿਆ ਕਿ ਇਹ ਜਿਹੜੀ ਬੁੱਧੀ ਹੈ ਤੂੰ ਆਪਣੇ ਆਪ ਨੂੰ ਇਹਨਾਂ ਬੁੱਧੀਮਾਨ ਸਮਝਦਾ ਹੈ ਤੂੰ ਭੁੱਲੀ ਗਿਆ ਕਿ ਆਤਮਾ ਜਿਹੜੀ ਸਾਡੇ ਅੰਦਰ ਜੀਵ ਰੂਪੀ ਆਤਮਾ ਹੈ ਇਹ ਸਾਡੇ ਸਰੀਰ ਦਾ ਘਰ ਹੈ ਇਹ ਘਰ ਕਰਕੇ ਹੀ ਬੰਦੇ ਦੀ ਕੀਮਤ ਹੈ ਇਸ ਆਤਮਾ ਦੀ ਕੀਮਤ ਘਰ ਕਰਕੇ ਹੈ ਸਰੀਰ ਕਰਕੇ ਤੇ ਜਿੱਦਨ ਸਰੀਰ ਸ਼ਮਸ਼ਾਨ ਘਾਟ ਚਲਾ ਗਿਆ ਜਦੋਂ ਕੁੱਕੜ ਨੇ ਬਾੰਗ ਦਿੱਤੀ ਤੇ ਫਿਰ ਕਾਡੋ ਕਾਡੋ ਹੋਈ ਕਿਸੇ ਨੇ ਤੈਨੂੰ ਘਰ ਨਹੀਂ ਰੱਖਣਾ ਕੁੱਕੜ ਬਾੰਗ ਦੇਗਾ ਇੱਕ ਦਿਨ ਧਰਮਰਾਜ ਆ ਕੇ ਆਖੇਗਾ ਚੱਲ ਵੀ ਚੱਲ ਚਲੀਏ ਫਿਰ ਇੱਕ ਛਿੰਨ ਵੀ ਇੱਕ ਸਕਿੰਟ ਵੀ ਤੈਨੂੰ ਕਿਸੇ ਨੇ ਨਹੀਂ ਰੱਖਣਾ ਤੇ ਬੰਦਿਆ ਕਿਉਂ ਨਾ ਹੋਵੇ ਕਿ ਤੂੰ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਪਹਿਲਾਂ ਕੁੱਕੜ ਦੀ ਬਾੰਗ ਦੇਣ ਤੋਂ ਪਹਿਲਾਂ ਪਹਿਲਾਂ ਸ਼ਮਸ਼ਾਨ ਘਾਟ ਤੋਂ ਪਹਿਲਾਂ ਤੂੰ ਗੋਬਿੰਦ ਘਾਟ ਪਰਮਾਤਮਾ ਦੇ ਘਰ ਤੇਰੀ ਜੀਵ ਰੂਪੀ ਆਤਮਾ ਪਹੁੰਚ ਜਾਏ ਭੋਲੋ ਆਏ ਤੇਰੀ ਬੁੱਧੀ ਤਾਹੀਂ ਮੈਂ ਮੰਨਾਂਗਾ ਕਿ ਤੂੰ ਬੁੱਧੀ ਬੁੱਧੀਮਾਨ ਹੈ ਅਕਲ ਹੈ ਤੂੰ ਕਿਛਦਾ ਬੁਰਾ ਨਹੀਂ ਚਾਹੁੰਦਾ ਤੂੰ ਹਮੇਸ਼ਾ ਹਰ ਕੰਮ ਕਰਨ ਤੋਂ ਪਹਿਲਾਂ ਸੋਚਦਾ ਹੈ ਸੋ ਸਾਨੂੰ ਵੀ ਚਾਹੀਦਾ ਹੈ ਕਦੀ ਉਹ ਲਿਖੇ ਵੀ ਸੁਪਨਿਚ ਵੀ ਕਿਸੇ ਦਾ ਬੁਰਾ ਨਾ ਕਰੀਏ ਗੁਰੂ ਵਾਲਿਓ ਸਭ ਨੂੰ ਪਿਆਰ ਕਰੀਏ ਕਿਉਂਕਿ ਇੱਕ ਪਿਤਾ ਇੱਕ ਉਸਕੇ ਹੰਬਾਰਕ ਹਾਂ ਕਦੀ ਮਾਰਾ ਕਰਮ ਨਾ ਕਰੀਏ ਨਾ ਲਿਖੀਏ ਬਾਬਾ ਫਰੀਦ ਜੀ ਦੇ ਕਹਿਣ ਵਰਗ ਤੁਸੀਂ ਵੀ ਬੋਲੋ ਮੈਂ ਵੀ ਬੋਲਾਂ ਸਮਾਪਤੀ ਕਰੀਏ ਕਾਲੇ ਲਿਖ ਨਲੇਖ ਕਾਲੇ ਲਿਖ ਨਲੇਖ ਜੇ ਤੂੰ ਅਕਲ ਲਤੀਫ ਕਾਲੇ ਲਿਖਨ ਲੇਖ ਆਪਨੜੇ ਗਿਰਵਾਨ ਨੂੰ ਮੇ ਆਪਨੜੇ ਗਿਰਵਾਨ ਨੂੰ ਸਿਰ ਨੀਵਾ ਕਰ ਦੇਖ ਕਾਲੇ ਲਿਖਨ ਲੇਖ ਕਾਲੇ ਲਿਖਨ ਲੇਖ ਕਾਲੇ ਲਿਖਨ ਲੇਖ ਹੋਈਆ ਭੁੱਲਾਂ ਦੀ ਮਾਫੀ ਅਰਦਾਸ ਕਰੋ ਕਿ ਜੋ ਅਸੀਂ ਬੋਲਦੇ ਹਾਂ ਸਾਡਾ ਜੀਵਨ ਵੀ ਐਸਾ ਬਾਣੀ ਦੇ ਅਨਸਾਰ ਬਾਣੀ ਦੇ ਅਨਸਾਰ ਹੋ ਜਾਏ ਆਓ ਗੱਜ-ਵੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ